ਫਰਨੀਚਰ ਹਾਊਸ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਫਰਨੀਚਰ ਹਾਊਸ ਦਾ ਮਾਲਕ ਤੇ ਉਸ ਦੀ ਮਾਤਾ ਅੱਗ ਦੀ ਲਪੇਟ ਚ ਆਉਣ ਕਾਰਨ ਝੁਲਸ ਗਏ, ਜਿਨ੍ਹਾਂ ਨੂੰ ਮੌਕੇ ਤੇ ਹਸਪਤਾਲ ਭੇਜਿਆ ਗਿਆ, ਜਦਕਿ ਸਮਾਂ ਰਹਿੰਦੇ ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ। ਦੱਸਣਾ ਬਣਦਾ ਹੈ ਕਿ ਫਰਨੀਚਰ ਹਾਊਸ ਦੇ ਉੱਤੇ ਹੀ ਘਰ ਵੀ ਸੀ ਅਤੇ ਇਸ ਅੱਗ ਕਾਰਨ ਜਿੱਥੇ ਦੁਕਾਨ ਦਾ ਨੁਕਸਾਨ ਹੋਇਆ ਤੇ ਘਰ ਦਾ ਸਮਾਨ ਵੀ ਸੜ ਕੇ ਸਵਾਹ ਹੋ ਗਿਆ। ਜਾਣਕਾਰੀ ਮੁਤਾਬਿਕ ਇਹ ਹਾਦਸਾ ਸ਼ਾਰਟ ਸਰਕਟ ਕਾਰਨ ਵਾਪਰਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਸਾਰ ਹੀ 30 ਮਿੰਟਾਂ ਦੇ ਵਿੱਚ ਫਾਇਰ ਬ੍ਰਿਗੇਡ ਬਟਾਲਾ ਤੋਂ 2 ਗੱਡੀਆਂ ਲੈ ਕੇ ਪਹੁੰਚੀ, ਪਰ ਉਸ ਤੋਂ ਪਹਿਲਾਂ ਲੋਕਾਂ ਦੇ ਸਹਿਯੋਗ ਦੇ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ। ਇਸ ਅੱਗ ਦੇ ਵਿੱਚ ਲਗਭਗ ਲੱਖਾਂ ਦਾ ਨੁਕਸਾਨ ਹੋਇਆ। ਇਹ ਹਾਦਸਾ ਗੁਰਦਾਸਪੁਰ ਚ ਸ੍ਰੀ ਹਰਗੋਬਿੰਦਪੁਰ ਸਾਹਿਬ ਅੰਮ੍ਰਿਤਸਰ ਰੋਡ ਦੇ ਨਜ਼ਦੀਕ ਵਾਪਰਿਆ। ਦੱਸਣਾ ਬਣਦਾ ਹੈ ਕਿ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਚ ਫਾਇਰ ਬ੍ਰਿਗੇਡ ਵਾਲੀ ਗੱਡੀ ਨਾ ਹੋਣ ਕਰਕੇ ਪਹਿਲਾਂ ਵੀ ਕਈ ਵਾਰ ਵੱਡੇ ਨੁਕਸਾਨ ਹੋ ਚੁੱਕੇ ਨੇ। ਸ਼ਹਿਰ ਵਾਸੀਆਂ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ੍ਰੀ ਹਰਗੋਬਿੰਦਪੁਰ ਸਾਹਿਬ ਨਗਰ ਕੌਂਸਲ ਨੂੰ ਫਾਇਰ ਬ੍ਰਿਗੇਡ ਦੀ ਗੱਡੀ ਦਿੱਤੀ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਚ ਇਹੋ ਜਿਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕੇ। ਦੀ ਕਾਲ ਆਈ ਸਾਨੂੰ 10:01 ਤੇ ਜੀ, ਤੇ ਪੂਰੇ 10:30 ਵਜੇ ਅਸੀਂ 2 ਫਾਇਰ ਟੈਂਡਰ ਮੌਕੇ ਤੇ ਲੈ ਕੇ ਪਹੁੰਚ ਗਏ ਹਾਂ। ਠੀਕ ਹੈ। ਤੇ ਤਕਰੀਬਨ ਇਹ ਜਿਹੜੀ ਅੱਗ ਆ ਕੁਛ 1.25 ਘੰਟਾ ਪਹਿਲਾਂ ਵੀ ਲੱਗੀ ਸੀ। ਓਕੇ। ਤੇ ਇਹ ਦੁਕਾਨਦਾਰਾਂ ਨੇ ਸਾਨੂੰ ਇਤਲਾਹ ਨਹੀਂ ਦਿੱਤੀ, ਇਹ ਕਿਸੇ ਆਂਢ ਗੁਆਂਢ ਦੇ ਵਿੱਚੋਂ ਇੱਕ ਲੇਡੀਜ਼ ਦੀ ਕੋਲ ਆਈ ਹੈ ਸਾਨੂੰ। ਠੀਕ ਹੈ। ਉਹਨਾਂ ਨੇ ਸਾਨੂੰ ਇਹ ਅੱਗ ਬਾਰੇ ਸੂਚਨਾ ਦਿੱਤੀ ਹੈ ਕਿ ਇੱਥੇ ਫਰਨੀਚਰ ਦੀ ਦੁਕਾਨ ਆ 3 ਮੰਜ਼ਲੀ, ਉਹਨੂੰ ਅੱਗ ਲੱਗ ਗਈ ਹੈ। ਓਕੇ। ਅਤੇ ਅਸੀਂ ਉਸੇ ਵੇਲੇ ਇਮੀਡੀਏਟਲੀ 29 ਮਿੰਟਾਂ 'ਚ ਇੱਥੇ ਪਹੁੰਚ ਗਏ ਹਾਂ, ਪਰ ਉਹ ਤੋਂ ਪਹਿਲਾਂ ਹੀ ਇੱਥੇ ਇੱਕ ਟਰੈਕਟਰ ਜਾ ਰਿਹਾ ਸੀ ਜਿਹੜਾ ਸਪਰੇਅ ਵਾਲਾ ਹੁੰਦਾ। ਜੀ ਜੀ। ਉਹਦੇ ਪਿੱਛੇ ਪਾਣੀ ਦੀ ਟੈਂਕੀ ਸੀ ਅਤੇ ਇਹਨਾਂ ਨੇ ਉਹ ਟੈਂਕੀ ਨਾਲ ਹੀ ਪਾਣੀ ਮਾਰ ਕੇ ਅੱਗ ਬੁਝਾ ਲਈ। ਓਕੇ। ਅਤੇ ਇਹ ਜਿਹੜਾ ਅੱਗ ਲੱਗੀ ਆ ਇਹਦੇ ਵਿੱਚ ਇਹਨਾਂ ਦੇ ਅੰਦਰ ਫੋਮ ਦੇ ਜਿਹੜੇ ਸਪੰਜ ਦੇ ਗੱਦੇ ਜਿਹੇ ਹੁੰਦੇ ਆ ਉਹੀ ਸੀ ਜ਼ਿਆਦਾਤਰ। ਓਕੇ ਜੀ। ਹਾਂਜੀ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਤਾਂ ਇੱਦਾਂ ਤਾਂ ਕੁਛ ਨਹੀਂ ਦੱਸਿਆ ਜਾ ਸਕਦਾ, ਕਿਉਂ ਅੰਦਰ ਇਹ ਤਾਂ ਸਿਰਫ ਨਾ ਸਪੰਜ ਹੀ ਸੀ, ਉਹ ਤਾਂ ਸੜ ਕੇ ਸਵਾਹ ਹੋ ਗਈ ਆ, ਉਹ ਸਵਾਹ ਤੋਂ ਹੁਣ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਹਾਂਜੀ। ਇਹ ਪੱਤੀਏ ਸਰਕਟ ਸਾਟ ਹੋਣ ਕਰਕੇ ਹਰਦੀਪ ਸਿੰਘ ਦੀ ਫਰਨੀਚਰ ਦੀ ਦੁਕਾਨ ਆ, ਉਹਨਾਂ ਦੇ ਉੱਤੇ ਅੱਗ ਲੱਗੀ, ਉਹ ਗੰਦੇ ਗੁੱਦੇ ਦੇ ਵਾਹਵਾ ਅੱਗ ਲੱਗੀ, ਚਲੋ ਉਹਨਾਂ ਦੇ ਬਚਾਅ ਹੋ ਗਿਆ ਵਾ, ਆਪਣਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਉਹਨਾਂ ਦੇ ਅੱਗਾਂ ਵਾਹਵਾ ਅੱਗ ਲੱਗੀ ਹੋਈ ਹੈ ਅਤੇ ਉਹਨਾਂ ਦੀ ਮਾਤਾ ਵੀ ਜਿਹੜੀ ਆ ਉਹ ਵੀ ਹੋਸਪਿਟਲ 'ਚ ਐਡਮਿਟ ਵਾ ਅਤੇ ਹਰਦੀਪ ਸਿੰਘ ਜੀ ਐਡਮਿਟ ਵਾ, ਬਾਕੀ ਨਿਆਣੇ ਨੂਣੇ ਜਿਹੜੇ ਆ ਉਹ ਆ ਗਏ ਬਾਹਰ ਕੱਢ ਲਏ ਉਹਨਾਂ ਨੇ, ਬਾਕੀ ਨੁਕਸਾਨ ਕਾਫੀ ਹੋ ਗਿਆ ਜੀ ਉਹਨਾਂ ਦਾ। ਅਤੇ ਕੀ ਕਾਰਨ ਕਿਹਦੇ ਅੱਗ ਲੱਗਣ ਦਾ? ਇਹ ਬੱਤੀ ਬੰਦ ਹੋ ਗਈ, ਬੱਤੀ ਜਦੋਂ ਬੰਦ ਹੋ ਗਿਆ ਸੀ ਉਦੋਂ ਪਟਾਕਾ ਪਿਆ ਉਹਦੇ ਨਾਲ ਸਰਕਟ ਸਟਾਰਟ ਹੋ ਗਿਆ ਬੱਤੀ ਦਾ, ਉਦੋਂ ਅੱਗ ਲੱਗੀ ਹੈ, ਜ਼ਿਆਦਾ ਨੁਕਸਾਨ ਹੋ ਗਿਆ। ਕਿੰਨਾ ਕੁ ਮਾਲੀ ਨੁਕਸਾਨ ਕਿੰਨਾ ਕੁ ਹੋ ਗਿਆ? ਮਾਲੀ ਨੁਕਸਾਨ ਉਹਦਾ ਘੱਟੋ ਘੱਟ 20-22 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ, ਸਾਰਾ ਕੁਝ ਸੜ ਗਿਆ ਇਹਨਾਂ ਦਾ, ਘਰ ਦਾ ਵੀ ਨੁਕਸਾਨ ਹੋ ਗਿਆ, ਜੋ ਫਰਨੀਚਰ ਵਗੈਰਾ ਇਹ ਸਾਰਾ ਕੁਝ ਸੜ ਗਿਆ ਇਹਨਾਂ ਦਾ। ਅਤੇ ਕੀ ਮੰਗ ਕਰਦੇ ਹੋ? ਮੰਗ ਪ੍ਰਸ਼ਾਸਨ ਨੂੰ ਕਰਦੇ ਹਾਂ ਵੀ ਮਦਦ ਕਰਨੀ ਚਾਹੀਦੀ ਹੈ ਗਰੀਬ ਦੀ, ਜੋ ਵੀ ਜਿਹੜੇ ਇਹਨਾਂ ਕਹਿੰਦਾ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਆ ਸ੍ਰੀ ਹਰਗੋਬਿੰਦਪੁਰ 'ਚ ਹੋਣੀ ਚਾਹੀਦੀ ਹੈ, ਇਹ ਵੀ ਬਹੁਤ ਲਾਜ਼ਮੀ ਹੈ, ਅਤੇ ਬਾਕੀ ਸਾਰਾ ਪਤਾ ਹੀ ਆ ਵੀ ਨੁਕਸਾਨ ਬਹੁਤ ਜ਼ਿਆਦਾ ਹੋਇਆ।